ਸਾਰਾ ਬੁਰਾ ਹਾਲ ਹੋਇਆ ਵਾ ਗਾਈ ਸੇ, ਥੋੜਾ ਜਿਹਾ ਅਸੀਂ ਠੀਕ ਕਰਵਾ ਰਹੇ ਹਾਂ। ਇਹ ਸਮਰਸੀਬਲ ਵੀ ਨੀਚੇ ਜਾਏਗਾ। ਆਹ ਦੇਖੋ ਆਹ ਟੂਟੀਆਂ ਟਾਟੀਆਂ ਸਭ ਅਸੀਂ ਨਾ ਤੋੜ ਕੇ ਦੁਬਾਰਾ ਕਰਨਾ ਸਾਰਾ ਕੁਛ, ਤੇ ਹੁਣ ਇਹ ਵੀ ਕੰਮ ਕਰ ਰਹੇ ਗਾਈਸ। ਤੇ ਭਾਈ ਸਾਹਿਬ ਲੱਗੇ ਹੋਏ ਨੇ, ਫਲੈਸ਼ ਸੀਟ ਆ ਜਾਏਗੀ, 6 ਇੰਚ ਉੱਪਰ ਚੱਕੀ ਜਾਏਗੀ, ਸਾਰੀ ਟਾਇਲ ਲਗਾਉਣੀ ਕਿਉਂਕਿ ਬਹੁਤ ਬੁਰਾ ਹਾਲ ਹੈ ਉਰੇ। ਬਹਾਦਰਗੜ੍ਹ 'ਚ ਸਲਾਬ ਬੜੀ ਹੈ, ਅਤੇ ਉਹ ਸ਼ੇਰੂ ਬੈਠਾ ਹੈ ਅਤੇ ਉਹ ਪੇਰੂ ਬੈਠਾ ਹੈ। ਇਹਨਾਂ ਨੂੰ ਬੰਨਿਆ ਸੌਦਾ ਅਤੇ ਫਿਰ ਮਿਲਦੇ ਹਾਂ। ਅਤੇ ਮਿਸਤਰੀ ਸਾਹਿਬ ਆ ਰਹੇ ਨੇ, ਅਤੇ ਹੁਣ ਆਪਾਂ ਕਰਦੇ ਹਾਂ ਗਾਹ ਪਏਗਾ ਥੋੜ੍ਹਾ ਜਿਹਾ, ਖੈਰ ਕੋਈ ਨਹੀਂ। ਹਾਂ ਤਾਂ ਗਾਈਸ ਆਪਾਂ ਇਹ ਵੀ ਨੀਚੇ ਕਰ ਦੇਣਾ ਸਮਰਸੀਬਲ, ਤਾਂ ਜੇ ਸਾਨੂੰ ਵਾਰ ਵਾਰ ਕੱਢਣੀ ਪੈਂਦੀ ਹੈ ਮਸ਼ੀਨ, ਇਹ ਮਸ਼ੀਨ ਉੱਥੇ ਲੱਗ ਜਾਏਗੀ ਪਰਮਾਨੈਂਟਲੀ। ਆਹ ਦੇਖੋ ਗਾਈਸ, ਆਹ ਦੇਖੋ ਆਹ ਚੀਜ਼ਾਂ ਨਿਕਲਦੀਆਂ ਵਿੱਚੋਂ। ਆਹ ਦੇਖੋ ਆਹ ਪੂਰੀ ਟ੍ਰੇਨ ਜਾ ਰਹੀ ਹੈ, ਹਾਵੜਾ ਟ੍ਰੇਨ ਜਾ ਰਹੀ। ਆਹ ਦੇਖੋ ਕਿੰਨੀਆਂ ਲੱਤਾਂ ਨੇ ਇਹਦੀਆਂ ਗੁਰੂ। ਇਹ ਸਾਰਾ ਗਾਈਸ ਇਹ ਸਾਰਾ ਹੋਇਆ, ਇੱਥੇ ਸਾਰੀ ਟਾਇਲ ਲੱਗਣੀ ਹੈ। ਆਹ ਬੁਰਾ ਬੁਰਾ ਹਾਲ ਹੈ, ਇੱਥੇ ਬਹਾਦਰਗੜ੍ਹ 'ਚ ਸਲਾਬ ਬਣਦਾ, ਇਹ ਤਾਰ ਦੇਣੀ ਆਪਾਂ ਸਾਰੀ, ਅਤੇ ਇੱਧਰ ਵੀ ਸਾਰੀ ਲੱਗ ਜਾਏਗੀ। ਹਾਂ ਤਾਂ ਗਾਈਸ, ਬਜਰੀ ਰੇਤਾ ਹੈ, ਤੋੜਤੀ ਪੁਰਾਣੀ ਸੀਟ, ਅਤੇ ਹੁਣ ਸੀਟ ਨਵੀਂ ਲੱਗੇਗੀ, ਉੱਚਾ ਕਰਾਂਗੇ। ਹੁਣ ਦੇਖ ਲਓ ਇਹਦਾ ਹਾਲ, ਅਤੇ ਬਾਅਦ 'ਚ ਦੇਖ ਲਓ ਜੀ, ਬਾਅਦ 'ਚ ਤਿਆਰ ਹੋਏਗਾ ਫਿਰ ਦਿਖਾਵਾਂਗੇ ਤੁਹਾਨੂੰ। ਆਹ ਦੇਖੋ ਆਹ ਸੀਟ, ਆਹ ਜਿਹੜੀ ਹੈ ਨਾ ਸਾਨੂੰ ਇਹ ਬੜੀ ਦਿੱਕਤ ਦਿੰਦੀ ਸੀ, ਇਹ ਪਹੁੰਚਾਉਣੀ ਹੈ ਇੱਥੇ, ਇਹ ਥੱਲੇ ਕਰਕੇ ਨਾ ਉੱਥੇ ਪਹੁੰਚਾ ਦੇਣੀ ਹੈ। ਇਹ ਉਸਤਾਦ ਜੀ ਲੱਗੇ ਹੋਏ ਨੇ, ਅਤੇ ਸਾਰੀ ਟਾਇਲ ਲਾ ਦੇਣੀ, ਬੁਰਾ ਹਾਲ ਹੈ ਯਾਰ ਉਰੇ। ਆਹ ਸਟਿੱਕ ਪੰਪ ਵੀ ਲਾ ਦਾਂਗੇ ਬਾਹਰ। ਮਲਕੀਤ ਅੰਦਰ ਰੋਟੀ ਬਣਾਈ ਪਾ ਰਹੀ ਆਪਣਾ ਭਾਂਡੇ ਭੂੰਡੇ, ਅਤੇ ਉਹ ਕਹਿੰਦੇ ਨੇ ਬਈ ਆਹ ਟੂਟੀਆਂ ਵਾਲਾ ਜਿਹੜਾ ਕੰਮ ਹੈ ਇਹ ਬਾਅਦ 'ਚ ਕਰਾਂਗੇ, ਪਹਿਲਾਂ ਹੀ ਕਰ ਲਈਏ। ਹਾਂ ਤਾਂ ਗਾਈਸ, ਬਾਰਿਸ਼ ਆ ਗਈ, ਇੱਧਰ ਕੰਮ ਸ਼ੁਰੂ ਕੀਤਾ, ਇੱਧਰ ਬਾਰਿਸ਼ ਆ ਗਈ ਹੈ, ਅਤੇ ਉੱਪਰ ਤਾਂ ਥੋੜ੍ਹਾ ਜਿਹਾ ਨਾ ਠੀਕ ਨਹੀਂ ਕਰਕੇ ਗਿਆ ਮਿਸਤਰੀ, ਇੱਧਰੋਂ ਉਹ ਉੱਥੇ ਛੱਡ ਗਿਆ। ਚਲੋ ਖੈਰ ਕੋਈ ਗੱਲ ਨਹੀਂ, ਅਤੇ ਬਾਕੀ ਉੱਪਰੋਂ ਛੱਤ ਠੀਕ ਹੈ, ਥੋੜ੍ਹਾ ਥੋੜ੍ਹਾ ਨੀਚੇ ਹੋਏਗਾ, ਨੀਚੇ ਹੈਗਾ ਥੋੜ੍ਹਾ ਥੋੜ੍ਹਾ, ਉੱਪਰ ਪਾਣੀ ਖੜ੍ਹ ਜਾਂਦਾ, ਬਸ ਪੂਰਾ ਹੀ ਪਵਾ ਦੇਣਾ ਫਰਸ਼ ਆਪਾਂ ਉੱਤੇ। ਉਹ ਗਾਈਸ ਇੱਧਰ ਤਾਂ ਕਰਤਾ ਆਪਾਂ, ਇੱਧਰ ਵੀ ਸਾਰੀਆਂ ਟਾਇਲਾਂ ਟੂਲਾਂ ਪੱਟਤੀਆਂ, ਫਿਟਿੰਗ ਦੁਬਾਰਾ ਹੋ ਰਹੀ ਹੈ, ਅਤੇ ਭਾਈ ਸਾਹਿਬ ਉੱਤੇ ਚੜ੍ਹੇ ਨੇ, ਅਤੇ ਬਾਕੀ ਤਾਂ ਫਿਰ ਮਾਹੌਲ ਹਿਲਾਉਂਦੇ ਹਾਂ। ਅਤੇ ਚੌਹਾਨ ਸਾਹਿਬ ਡਿੱਗ ਗਏ ਨੇ, ਅਤੇ ਚੌਹਾਨ ਸਾਹਿਬ ਦਾ ਪੈਰ ਜਿਹੜਾ ਦੇਖੋ ਕਿਵੇਂ ਸੁੱਜ ਗਿਆ ਗਾਈਸ, ਆਹ ਚੋਟ ਲੱਗ ਗਈ ਚੌਹਾਨ ਸਾਹਿਬ ਦੀ। ਕੋਈ ਨਹੀਂ, ਆਪਾਂ ਫਿਰ ਵੀ ਬਣਾ ਰਹੇ ਹਾਂ ਤੁਹਾਡੇ ਵਾਸਤੇ ਵੀਡੀਓ। ਲਓ ਜੀ, ਸਾਡੇ ਭਰਾ ਗੁਰਮੇਲ ਸਿੰਘ ਆ ਗਏ ਨੇ, ਅਤੇ ਹੁਣ ਇਹ ਜਿਹੜਾ ਰਹਿ ਗਿਆ ਸੀ ਇਹਦਾ ਕੰਮ ਇਹ ਕਰ ਰਹੇ ਨੇ। ਬਕਸੇ ਚਲਾਉਣੇ ਸੀ ਗਾਈਸ, ਆਪਾਂ ਬਕਸੇ ਦਿੱਤੇ ਲਾ, ਅਤੇ ਹੁਣ ਟਿਕਾ ਤਾ ਇਹਨਾਂ ਨੇ ਪੂਰਾ, ਦੇਖੋ ਉਹ ਦੇਖੋ, ਅਤੇ ਬਾਕੀ ਕੰਮ ਮਿਸਤਰੀਆਂ ਦੇ ਰਹਿ ਗਿਆ, ਅਤੇ ਮਿਸਤਰੀ ਫਿਰ ਆਉਣਗੇ ਅਤੇ ਫਿਰ ਕਰਨਗੇ। ਇਹ ਲੱਗੇ ਹੋਏ ਨੇ ਫੁੱਫੜ ਜੀ, ਦੇਖੋ ਤਸਲਾ ਰੱਖਿਆ ਹੋਇਆ, ਅਤੇ ਬੜਾ ਬਿਹਤਰੀਨ ਕੰਮ ਕੀਤਾ ਇਹਨਾਂ ਨੇ। ਹਾਂ ਤਾਂ ਗਾਈਸ, ਲਪਾਈ ਲਪੂਈ ਹੋ ਗਈ ਹੈ, ਅਤੇ ਅੰਦਰ ਵੀ ਕਰਤੀ ਲਪਾਈ, ਸਾਰੀ ਲਪਾਈ ਹੋ ਗਈ ਆ, ਉੱਧਰ ਵੀ ਸਾਰੇ ਹੋ ਗਈ ਆ, ਅਤੇ ਇਹ ਜਿਹੜਾ ਟੁੱਟਿਆ ਟੁੱਟਿਆ ਸਭ ਕਰਤਾ ਠੀਕ ਹੈ। ਸੁੱਚ ਲਾਤੇ ਨੇ, ਇੱਕ ਇਹ ਲਾਤਾ, ਇੱਕ ਉਹ ਮਸ਼ੀਨ ਵਾਸਤੇ ਲਾਤਾ, ਸਮਰਸੀਬਲ ਨੀਚੇ ਕਰਤਾ, ਇੱਥੇ ਸਮਰਸੀਬਲ ਨੀਚੇ ਕਰਤਾ, ਅਤੇ ਅਗਾਹ ਦੇਖੋ ਸਾਡੇ ਘਰ ਕਿੰਨਾ ਪਿਆ ਹੋਇਆ, ਰੇਤੇ ਰੇਤਾ ਬੁਰੇ ਹਾਲ। ਅਤੇ ਹੁਣ ਮਿਸਤਰੀ ਆਉਣਗੇ ਅਤੇ ਫਿਰ ਲੱਗਣਗੇ, ਫਿਰ ਮਿਲਦੇ ਆਪਾਂ ਨੂੰ। ਆਹ ਚਕਾਟ ਰਹਿ ਗਈ ਹੈ, ਅਤੇ ਆਹ ਵਿੰਡੋ ਰਹਿ ਗਈ ਹੈ ਜਿਹੜੀ ਲਾਉਣੀ, ਆਪਾਂ ਵਿੰਡੋ ਲਾਉਣੀ ਹੈ ਬਾਹਰ ਵਾਲੀ, ਇਹ ਬਾਹਰ ਵਿੰਡੋ ਲਾਉਣੀ ਹੈ, ਅਤੇ ਉਹ ਵਿੰਡੋ ਆਪਾਂ ਕਢਾ ਦੇਣੀ ਹੈ, ਪੁਰਾਣਾ ਮਾਡਲ, ਇਹ ਦਰਵਾਜ਼ੇ ਵੀ ਕਢਾ ਦੇਣਾ,
ਠੀਕ ਹੈ, ਰੇਤਾ ਹੀ ਰੇਤਾ ਬੁਰੇ ਹਾਲ ਨੇ ਪੈਰਾਂ ਥੱਲੇ, ਅਤੇ ਬਾਕੀ ਤੁਹਾਨੂੰ ਅਪਡੇਟ ਦਿੰਦੇ ਹਾਂ ਬਾਅਦ 'ਚੋਂ। ਆਹ ਗਰੇਲਾਂ ਵਿੱਚ ਸਟੀਲ ਦੀਆਂ ਰਾੜਾਂ, ਅਤੇ ਠੀਕ ਹੈ ਜੀ, ਇਹ ਹੁਣ ਦੇਖ ਲਓ ਅਤੇ ਬਾਅਦ ਜਦੋਂ ਟਾਇਰ ਲੱਗੇਗੀ ਫਿਰ ਦਿਖਾਵਾਂਗੇ ਤੁਹਾਨੂੰ। ਗਾਇਸ ਆਪਾਂ ਦਰਵਾਜ਼ਾ ਕੱਢਤਾ ਹੈ ਅਤੇ ਦੇਖ ਲਓ ਕੀ ਹਾਲ ਹੋਇਆ ਹੁਣ, ਅਤੇ ਬਾਅਦ 'ਚ ਤੁਹਾਨੂੰ ਦਿਖਾਵਾਂਗੇ। ਅਤੇ ਭਾਈ ਸਾਹਿਬ ਇੱਧਰ ਖੜ੍ਹੇ ਨੇ, ਬਿੱਟੂ ਜੀ ਸਰੌਂਕ ਤੋਂ ਆਏ ਨੇ, ਉੱਧਰ ਵੀਰ ਜੀ ਖੜ੍ਹੇ ਨੇ, ਸਾਡੇ ਭਾਈ ਸਾਹਿਬ ਕਰਨੈਲ ਜੀ ਖੜ੍ਹੇ ਨੇ, ਅਤੇ ਹੁਣ ਕੱਢ ਰਹੇ ਨੇ ਵਿੰਡੋ ਬਾਹਰ। ਅਤੇ ਇਹਨਾਂ ਦੱਸਿਆ ਇਹਨਾਂ ਫੁੱਫੜ ਜੀ ਹੋਰਾਂ ਨੇ ਕਿ ਉੱਤੇ ਤਾਂ ਲੈਂਟਰ ਹੈ ਹੀ ਨਹੀਂ, ਇਹ ਤਾਂ ਇੱਟਾਂ ਹੀ ਨੇ, ਅਤੇ ਇਹ ਹੁਣ ਕੱਢ ਰਹੇ ਨੇ ਭਾਈ ਸਾਹਿਬ। ਵਾਹ ਜੀ ਵਾਹ, ਆ ਗਈ ਹੈ ਬਾਹਰ ਨੂੰ ਥੋੜ੍ਹੀ ਜਿਹੀ, ਘੁੰਮ ਨੂੰ ਤਰਸ ਬੜਾ ਆ ਗੁਰੂ। ਸਾਡੇ ਕਰਨੈਲ ਵੀਰ ਜੀ ਮਾਰ ਰਹੇ ਨੇ ਫਿੱਟਾਂ, ਅਤੇ ਇੱਧਰ ਬਿੱਟੂ ਵੀਰ ਜੀ ਖੜ੍ਹੇ ਨੇ ਰਿੱਲ ਫੜ ਕੇ, ਅਤੇ ਹੁਣ ਕੱਢ ਰਹੇ ਨੇ। ਹਾਂ ਹਾਂ, ਉਹ ਪੱਲੇ ਪਾਸਿਓ ਆ ਗਈ ਆ ਗਈ ਆ ਗਈ ਆ ਗਈ। ਇੱਥੇ ਹੀ ਹੈ, ਆ ਗਈ ਆ ਗਈ ਆ ਗਈ ਆ ਗਈ, ਹਾਂ ਆ ਗਈ, ਹਾਂ ਹਾਂ ਬਸ ਪਰਲੇ ਪਾਸੇ ਕੱਢ ਦੋ, ਬਸ ਪਰਲੇ ਪਾਸੇ ਮਾਰੋ, ਇੱਕ ਪਾਸੇ ਨਿਕਲ ਜਾਏਗੀ। ਹਾਏ ਜੈ ਜੈ ਕਾਰੇ ਲਫਾਫਾ ਨਾਲੇ ਭਾਰੀ ਹੈ, ਵੇਖੋ ਜਰਾ, ਹੋਏ ਹੋਏ ਫੜੋ 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 ਫੜੋ, ਭਾਰੀ ਹੋਏ ਭਾਰੀ ਹੋਏ ਗੁਰੂ। ਮੈਂ ਕਹਿੰਦਾ ਜਿਹੜਾ ਜਿਹੜਾ ਗੇਟ ਲਵਾਉਣਾ ਹੈ ਉਹ ਹੈ ਲੋਹੇ 'ਚ ਪੂਰਾ ਹੋ ਜਾਣਾ ਕੰਮ। ਲਓ ਜੀ ਗਾਇਸ ਕੱਢਤੀ, ਅਤੇ ਅੰਦਰ ਵੇਖੀ ਜਰਾ ਕੀ ਟੁੱਟਿਆ ਅਤੇ ਕੀ ਬਚਿਆ। ਹਾਂ ਇੱਥੇ ਇੱਥੋਂ ਤੱਕ, ਚਲੋ ਕੋਈ ਨਹੀਂ ਆਏਗਾ ਉੱਪਰ ਵਾਲੀ ਕੱਢ ਦਾਂਗੇ। ਹਾਂ ਦੇਖੋ ਜਰਾ, ਹੋਏ ਹੋਏ ਚੌਹਾਨ ਸਾਹਿਬ ਉਰੇ ਬੈਠ ਕੇ ਕੰਮ ਕਰਦੇ ਸੀ, ਮਿੱਟੀ ਮਿੱਟੀ ਦਾ ਦਿਓ। ਲੱਗੀ ਹੈ ਲਓ ਗਾਇਸ, ਇੱਧਰ ਦੀ ਤਾਂ ਚਗਾਟ ਕਰਤੀ, ਤਾਂ ਹੁਣ ਵਿੱਚ ਪਾ ਰਹੇ ਨੇ ਭਾਈ ਸਾਹਿਬ ਇੱਟਾਂ ਉੱਟਾਂ ਜੀਆਂ, ਤਾਂ ਸ਼ੇਪ ਬਣੇਗੀ।
ਵਾਹ ਦੇਖੋ ਉਸਤਾਦ ਜੀ, ਆਹ ਜਿਹੜੀ ਹੈ ਤੁਸੀਂ ਬਣਾ ਕੇ ਗਏ ਹੋ ਤੇ ਉਸਤਾਦ ਜੀ ਨੇ ਸੈੱਟ ਕਰੀ ਹੈ। ਉਸਤਾਦ ਜੀ ਕਿੰਨੀ ਚੌੜੀ ਸੀ ਇਹ? 8 ਇੰਚ। ਤੇ ਹੋਣੀ ਕਿੰਨੀ ਚਾਹੀਦੀ ਸੀ? ਇਹ 9 ਇੰਚ ਹੋਣੀ ਚਾਹੀਦੀ। ਇਹ ਉਸਤਾਦ ਜੀ ਦੇਖੋ ਇੰਨੀ ਭਾਰੀ, ਹੁਣ ਕੱਲ ਵੀ ਇਹਨਾਂ ਨੇ ਉਹ ਵਾਲੀ ਤੋੜ ਕੇ ਚੜਾਈ ਹੈ, ਹੁਣ ਦੇਖੋ ਇਹਨਾਂ ਨੇ ਜਗਾੜ ਕੀਤਾ, ਉਹ ਨਾਲ ਗਰੰਟਰ ਲੈ ਕੇ ਆਏ ਸੀ ਤੇ 2.5 ਇੰਚ 3 ਇੰਚ ਹੋਣੀ ਚਾਹੀਦੀ ਸੀ। ਇਹ ਜ਼ਿਆਦਾ ਸੀ ਹੈ ਨਾ ਉਸਤਾਦ ਜੀ? ਇਹ ਤੁਹਾਡੇ ਮਤਲਬ ਨਾ ਕਿੰਨੀ ਕੁ ਭਾਰੀ ਸੀ ਇਹ? ਕੁਇੰਟਲ ਦੀ ਉੱਤੇ ਨਹੀਂ ਜਾਣੀ ਹੈ ਨਾ? ਵਾਹ ਜੀ ਵਾਹ, ਸ਼ੁਕਰੀਆ, ਮਿਹਰਬਾਨੀ। ਤੇ ਆਹ ਦੇਖੋ ਇਹਨਾਂ ਨੇ ਭਾਈ ਸਾਹਿਬ ਉਹਨਾਂ ਨੇ ਤੋੜ ਕੇ ਕਿੰਨਾ ਸਮਾਨ ਲਾਇਆ ਤੇ ਤਕਰੀਬਨ ਮੈਨੂੰ ਲੱਗਦਾ ਇੱਕ ਥੈਲਾ ਹੀ ਸੀਮਿੰਟ ਦਾ ਖਰਾਬ ਹੋ ਗਿਆ ਨਾ ਸਾਈ? ਅੱਧਾ ਥੈਲਾ ਤਾਂ ਕਿਧਰ ਗਿਆ ਨੀ, ਸਹੀ ਹੋ ਗਿਆ। ਚਲੋ ਤੇ ਨਾਲ ਉਹ ਵੀ ਤਾਂ ਵੱਡੇ ਨੇ ਆਪਾਂ, ਉਹ ਸਰੀਏ ਹੋਏ ਹੋਏ ਸਰੀਏ, ਉਹ ਸਰੀਏ ਪਏ ਨੇ ਸਰੀਏ ਵੱਡੇ ਨਾਲੋਂ। ਹੈਲੋ ਗਾਈਸ, ਉਧਰ ਮਿਸਤਰੀ ਲੱਗੇ ਨੇ ਤੇ ਇਧਰ ਵੇਖੋ ਪੈਰ ਟੁੱਟਾ ਤੇ ਇਧਰ ਸਾਡਾ ਹਾਲ ਵੇਖ ਲਓ ਤੁਸੀਂ ਕੀ ਹੋਇਆ। ਫਿਰ ਤੁਹਾਨੂੰ ਦਿਖਾਵਾਂਗੇ। ਤੇ ਅਮਰਪ੍ਰੀਤ ਦਾ ਹਾਲ ਵੇਖ ਲਓ ਰੇਤੇ ਚ ਤੇ ਮੇਰਾ ਵੇਖ ਲਓ ਬਜਰੀ ਚ, ਕੀ ਹਾਲ ਹੈ, ਕੀ ਪਰਵਾਹ। ਮਲੰਗਾਂ ਨੂੰ ਕੁੱਤੇ ਖਾ ਕੇ ਟੰਗਾ, ਉਹ ਨਹੀਂ ਉਹ ਐਕਚੁਅਲੀ ਉੱਚਾ ਦਿੱਤਾ ਸੀ ਨਾ ਉਹ, ਮੈਂ ਭੁੱਲ ਗਿਆ, ਉਹ ਪੈਰ ਥੱਲੇ ਆ ਗਿਆ। ਚਲੋ ਖੈਰ ਕੋਈ ਗੱਲ ਨੀ, ਮਾੜਾ ਮੋਟੇ ਦੀ ਪਹਿਚਾਣ ਰਹਿਣੀ ਚਾਹੀਦੀ, ਯਾਦ ਬਣੀ ਰਹੇਗੀ। ਤੇ ਸ਼ੁਕਰੀਆ ਤੇ ਮਿਹਰਬਾਨੀ ਹੈ ਜਨਾਬ, ਹਾਲ ਮਾੜਾ ਹੀ ਨੇ ਤੇ 9 ਵਜੇ ਨੇ ਸਟੈਪ, ਠੀਕ ਹੈ ਜੀ। ਹਾਂਜੀ ਗਾਈਸ, ਬਿੱਟੂ ਵੀਰ ਜੀ ਤੇ ਆਪਣੇ ਕਰਨੈਲ ਭਾਅ ਜੀ ਫਿੱਟ ਕਰਕੇ ਚਲੇ ਗਏ ਨੇ ਤੇ ਹੁਣ ਆ ਗਏ ਨੇ ਆਪਣੇ ਦੀਪਕ ਵੀਰ ਜੀ, ਕਿਉਂਕਿ ਜਿਹੜਾ ਡੋਰ ਹੈ ਨਾ ਰਾਤ ਓਪਨ ਰਿਹਾ ਸੀ ਤੇ ਇਹਨਾਂ ਨੂੰ ਬੁਲਾਇਆ ਤੇ ਨਾਲ ਦੇ ਨਾਲ ਆ ਗਏ ਨੇ ਭਾਅ ਜੀ। ਤੇ ਆਪਾਂ ਬੋਰਡ ਲੈ ਕੇ ਆਏ ਹਾਂ ਤੇ ਦਰਵਾਜ਼ਾ ਹੁਣ ਕਟਿੰਗ ਕਰਕੇ ਤੇ ਫਿੱਟ ਕਰ ਦੇਣਾ, ਇਹਨਾਂ ਨੇ ਫਿੱਟ ਕਰ ਦੇਣਾ ਦਰਵਾਜ਼ਾ ਤੇ ਲੱਗੇ ਹੋਏ ਨੇ ਤੇ ਉਹ ਚਲੇ ਗਏ ਨੇ ਭਾਈ ਸਾਹਿਬ ਆ ਗਏ ਨੇ ਤੇ ਹੁਣ ਦੀਪਕ ਵੀਰ ਜੀ ਲੱਗੇ ਹੋਏ ਨੇ ਤੇ ਹੁਣ ਫਿੱਟ ਕਰਕੇ ਹੀ ਜਾਣਗੇ, ਜਿੰਨਾ ਮਰਜ਼ੀ ਟਾਈਮ ਲੱਗੇ ਇਹਨਾਂ ਨੂੰ। ਤੇ ਤਕਰੀਬਨ ਨਿਸ਼ਾਨ ਵਗੈਰਾ ਲੱਗ ਗਏ ਨੇ, ਲੱਗ ਜਾਏਗਾ ਘੰਟਾ ਕੁ ਡੇਢ, ਠੀਕ ਹੈ ਜੀ। ਬੜੀ ਮਿਹਰਬਾਨੀ ਹੈ ਜੀ ਤੁਹਾਡੀ। ਗਾਇਸ ਸ਼੍ਰੀ ਮਾਨ ਜੀ, ਆਪਾਂ ਮਿਲਦੇ ਹੁਣ ਕੱਲ੍ਹ ਨੂੰ।